ਸਬਲੀ ਸਾਈਡ ਤੋਂ ਗੱਡੀ ਆ ਰਹੀ ਸੀ ਇਹਦੋਂ ਗੱਡੀ ਸਬਲੀ ਗਈ ਪਹਿਲਾਂ ਐਸ ਸਾਈਡ ਉਤਰੀ ਡਰਾਈਵਰ ਸਾਈਡ ਤੇ ਮੁੜ ਕੇ ਤੋਂ ਸਬਲੀ ਗਈ ਮੁੜ ਕੇ ਖੱਬੇ ਪਰ ਜਾ ਕੇ ਤੋਂ ਥੱਲੇ ਵੱਜ ਗਈ ਆ ਤੇ ਗੱਡੀ ਕਿਹੜੀ ਆਪਣਾ ਪਾਲ ਸਿੰਘ ਹਾਂਜੀ ਕੀ ਹੋਇਆ ਵਾਪਰਿਆ ਜਿੱਥੇ ਇਹ ਡਰਾਈਵਰ ਕੋਲੀ ਵੱਜ ਹੋਣੀ ਗੱਡੀ ਅਸੀਂ ਇੱਥੇ ਖੜੇ ਆ ਪਹਿਲੇ ਤਾਂ ਉੱਥੇ ਵੱਜਣ ਲੱਗਾ ਪੁਲੀ ਦਾ ਉਹ ਤੋਂ ਉਹਨੇ ਬਚਾਈ ਹੈ ਤੇ ਗੱਡੀ ਉਹਦੇ ਕੋਲ ਰੁਕੀ ਜੀ ਮੇਰੇ ਕੋਲ ਜਾ ਕੇ ਦੂਧ ਦੇ ਵਿੱਚ ਵੱਜੀ ਆ ਦੂਧ ਭੰਨ ਕੇ ਅੱਗੇ ਸਪਈਏ ਨਾਲ ਜਾ ਕੇ ਤਾਂ ਉੱਠ ਗਈ ਹੈ ਤੇ ਕੱਢਿਆ ਕੁੰਡਾ ਲੋਕਾਂ ਨੇ ਸੱਟਾਂ ਲੱਗੀਆਂ ਉਹਨਾਂ ਨੂੰ ਇੱਕ ਨੂੰ ਤਾਂ ਵਾਹਵਾ ਇੱਕ ਜਨਾਨੀ ਨੂੰ ਸੱਟ ਵਾਹਵਾ ਕਿਹੜੇ ਪਿੰਡ ਲੱਗ ਹੋਇਆ ਐਕਸੀਡੈਂਟ ਜਿਹਨਾਂ ਦਾ ਕੈਨੇ ਵਾਹ ਤੇ ਹੁਣ ਇਹਨੇ ਤੁਸੀਂ ਕਿੱਥੇ ਖੜਿਆ ਨਾ ਉਹਨਾਂ ਨੂੰ ਕੋਈ ਬੰਦਾ ਪਤਾ ਨਹੀਂ ਕੌਣ ਸੀ ਉਹ ਬੰਦਾ ਤਰਸ ਕਰਕੇ ਉਹਨਾਂ ਨੂੰ ਛੱਡਣ ਚੱਲ ਗਿਆ ਉਹਨਾਂ ਦੇ ਪਿੰਡ ਛੱਡਣ ਗਿਆ ਕਿੰਨੇ ਕੁ ਸੱਟਾਂ ਨੇ ਵੈਸੇ ਉਹਨਾਂ ਨੂੰ ਸੱਟਾਂ ਕਿੱਧਰ ਗਊ ਵੱਗਦਾ ਵੇਖਿਆ ਇੱਥੋਂ ਵੈਸੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ ਜਾਨੀ ਨੁਕਸਾਨ ਅਮਰੀਕ ਸਿੰਘ ਜਿਹੜਾ ਹੱਥ ਹੋਇਆ ਕੀ ਕਾਰਨ ਕੀ ਲੱਗਦਾ ਇਸ ਟੋਲੀ ਸਾਈਡ ਤੋਂ ਗੱਡੀ ਆ ਰਹੀ ਸੀ ਇਹਦੋਂ ਗੱਡੀ ਸਬਲੀ ਗਈ ਪਹਿਲਾਂ ਐਸ ਸਾਈਡ ਉਤਰੀ ਡਰਾਈਵਰ ਸਾਈਡ ਤੇ ਮੁੜ ਕੇ ਤੋਂ ਸਬਲੀ ਗਈ ਮੁੜ ਕੇ ਖੱਬੇ ਪਰੇ ਜਾ ਕੇ ਤੇ ਥੱਲੇ ਵੱਜ ਗਈ ਆ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਗੱਡੀ ਟੋਲੀ ਸਾਈਡ ਤੋਂ ਆ ਰਹੀ ਸੀ ਅੱਛਾ ਜੀ ਹਾਂਜੀ ਤੇ ਕਿੱਧਰ ਨੂੰ ਜਾ ਰਹੇ ਸੀ ਬਟਾਲੇ ਨੂੰ ਹਾਂਜੀ ਪਹਿਲਾਂ ਇਸ ਸਾਈਡ ਤੋਂ ਥੱਲੇ ਉਤਰੀ ਆ ਡਰਾਈਵਰ ਸਾਈਡ ਨੂੰ ਮੁੜ ਕੇ ਕਲਿੰਟਰ ਸਾਈਡ ਥੱਲੇ ਉਤਰ ਗਿਆ ਜਾ ਕੇ ਥੱਲੇ ਉਤਰ ਗਈ ਆ ਕਿੰਨੇ ਜਣੇ ਸੀ ਵਿੱਚ ਤਿੰਨ ਚਾਰ ਜਣੇ ਸੀ ਵਿੱਚ ਉਹਦੇ ਕਿੱਦਾਂ ਦੇ ਕੀ ਹਾਲਾਤ ਕਰੇ ਹੋ ਠੀਕ ਸੀ ਇੱਕ ਬੰਦਾ ਜਿਹੜਾ ਚਲਾਉਂਦਾ ਸੀ ਉਹਦੇ ਸੱਟ ਲੱਗੀ ਸਿਰ ਤੇ ਇੱਥੇ ਹਾਂਜੀ ਤੇ ਉਹ ਜਨਾਨੀ ਇੱਕ ਉਹਦਾ ਇੱਥੇ ਮੋਢੇ ਸੱਟ ਲੱਗੀ ਆ ਹਾਂਜੀ ਤੇ ਬਾਕੀ ਤਾਂ ਠੀਕ ਸੀ